देसी पंजाब मेरा देसी पंजाब, देसी पंजाब मेरा देसी पंजाब, देसी की जिन्ना जी रज रज पी है पूरा लाजवाब, देसी पंजाब मेरा देसी पंजाब, देसी पंजाब मेरा देसी पंजाब। वीरे उठ खड़ चाह पी ला, दिन चाड़ आया है, पुरजवे किथे आ गया। मजन बठे नहीं पाने है? यार मैं तो अज प्रोग्राम से जाना सी, देसी पंजाब का शूट करना, इधर जाना बड़ी दूर है भा मेरा, मैं चेता नहीं, चल निकल काम आ सिया। सत श्री अकाल जी, मैनू लगता मैं लेट हाँ यार। लै ए क्यों लेट हाँ, मैं कदे लेट हो सकता? लो जी हाजिर है थोड़ा गुरु नानक सिद्धू प्रोग्राम लैके देसी पंजाब। तो अज असी पहुँचे हाँ सुल्तानपुर लोधी के नेड़े लगता पिंड तलवंडी चौधरियाँ। आओ फिर टाइम ना कम नबेड़ दिए। देसी पंजाब मेरा देसी पंजाब, देसी पंजाब मेरा देसी पंजाब, देसी पंजाब मेरा देसी पंजाब। पिंड तलवंडी चौधरियां ਦੇ ਵਿੱਚ ਬੇਬੇ ਨਾਨਕੀ ਹੋਰਾਂ ਦਾ ਇਹ ਇਤਿਹਾਸਕ ਗੁਰਦੁਆਰਾ ਸ਼ਿਜੋਬਤ ਹੈ। ਆਓ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। इतिहास के मुताबिक बेबे नानकी जी का डोला श्री ननकाणा साहब तो सुल्तानपुर लोधी में जाते हुए यह आखिरी पड़ा तलवंडी चौधरियां दे विच एक रात लई ठहरिया सी। पानी की व्यवस्था ना होने के कारण रातों रात इस जगह पर खूह पट्टिया गया, इसलिए इस जगह का पवित्र नाम गुरद्वारा खूह साहब पै गया। पता लग गया बीबिया छेती तैयार क्यों नहीं होनी। सत श्री अकाल जी, गल्लां तो वेल मिले तो तैयार हो। सत श्री अकाल जी, मैं एक गल पूछनी, बीबिया छेती तैयार क्यों नहीं होनी, भावे हफ्ता पहला कह दो। नहीं नहीं हो जांदियां, नहीं होंदियां, मतलब सच्ची गल है ना? ना ही तो मीठा ही तैयार हो जाने, नहीं नवी पनीर इतनी बैठी नहीं। हाँ तुम दसो जी, नहीं ना होंगे? हाँ जी, इन्हें लाना हो सब को क्रीम सुरखी की बीबियां खास करके घंटा एक घंटा पूरा। मैनु भी चढ़ा लो यार, झूठा दो करके दिया झूठा चलाओ यार, हवा ज्यादा ना भजाई। चल 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 आता बड़ा आई, ये बंबू घाट असली। चल मेरा वीर, हाँ देसी पंजाब मेरा देसी पंजाब, देसी पंजाब मेरा देसी पंजाब, देसी पंजाब मेरा देसी पंजाब, पंजाब। बेबे सत श्री अकाल, पैरी पैने जी और बेबे तगड़ी है? हाँ तगड़ी। की हाल चाल है? वधिया है, सर्दियां गला सेहत ठीक ने? हाँ ठीक। तुहाडियां? ठीक है पुत, ठीक है। बीबियां छावां ने रब वर्गियां मावां ने, दुध दे विच मदानी, दी शहदों मिठा पानी, दी
ਸ਼ਹਿਦੋਂ ਮਿੱਠਾ ਪਾਣੀ ਮੇਰੇ ਪਿੰਡ ਦੀਆਂ ਗਲੀਆਂ ਜੀ ਜਿੱਥੇ ਸੁਣਦੀਆਂ ਗਲੀਆਂ ਜੀ ਜਿੱਥੇ ਮਸਤੀ ਮਸਤੀ ਹੈ ਤੇ ਹਰ ਕੋਈ ਹੱਸਦੀ ਹੈ ਜਿੱਥੇ ਗਾਲਾਂ ਨਾਲਾਂ ਨੇ ਜਿੱਥੇ ਯਾਰ ਬਿਟਾਲਾ ਨੇ ਜਿੱਥੇ ਗਾਲਾਂ ਨਾਲਾਂ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਕਰਦੇ ਪਏ ਹੋ ਰੋੜੀ ਘੁੱਟਦੇ ਜੀ ਰੋੜੀ ਘੁੱਟਦੇ ਪਏ ਹਾਂਜੀ ਮੈਂ ਕੁੱਟਾਂ ਦੇਣਾ ਮੈਨੂੰ ਵਾਲ ਸਿਖਾਓਗੇ ਕਿੱਦਾਂ ਕਿਵੇਂ ਬੈਠੇ ਹੋ ਖੈਰ ਆ ਖੈਰ ਆ ਜੀ ਖੈਰ ਸਭ ਖੈਰ ਆ ਕੀ ਚੱਕਰ ਕੀ ਪੈ ਗਿਆ ਬਸ ਕੁਛ ਨੀ ਜੀ ਰੋਜ਼ਾਨਾ ਦਾ ਹੀ ਕੰਮ ਆ ਇਹ ਹੈ ਇਹ ਰੋਜ਼ਾਨਾ ਦਾ ਹੀ ਕੰਮ ਆ ਇਹ ਤੇਰੇ ਕੰਮ ਕੁੰਮ ਕਰਿਆ ਕਰੋ ਯਾਰ ਕੰਮ ਹੈ ਹੀ ਨਹੀਂ ਕੋਈ ਜੀ ਅੱਜ ਕੱਲ੍ਹ ਕੋਈ ਕੰਮ ਨਹੀਂ ਚਲ ਆ ਮੇਰੇ ਨਾਲ ਪੱਠੇ ਪੱਠੇ ਪਾਉਣ ਦੇ ਲਾਵਾਂ ਮੈਂ ਇਹ ਤੇ ਕੰਮ ਹੈਗਾ ਜੀ ਫੁਕਰੇ ਬੰਦੇ ਨਿਸ਼ਾਨੀਆਂ ਕਿਹੜੀਆਂ ਹੁੰਦੀਆਂ ਫੁਕਰਾ ਬੰਦਾ ਉਹ ਹੁੰਦਾ ਜਿਹੜਾ ਆਹ ਉਹ ਕੀ ਹੁੰਦਾ ਮਤਲਬ ਆਹ ਵੇਖ ਲਾ ਕੀ ਕਿਹਾ ਐਨ ਨੂੰ ਹੱਥ ਕੀਤਾ ਉਹ ਹੁੰਦਾ ਫੁਕਰੇ ਬੰਦੇ ਦੀ ਉਹਦਾ ਪਛਾਣ ਹੋ ਜਾਂਦੀ ਉਦਾਂ ਕਿਵੇਂ ਹੋ ਜਾਂਦੀ ਉਹ ਦੱਸ ਕਿਵੇਂ ਹੁੰਦੀ ਹੈ ਬਾਈ ਜੀ ਦੂਰੋਂ ਪਛਾਣਿਆ ਜਾਂਦਾ ਹਵਾ ਜੀ ਜ਼ਿਆਦਾ ਦੂਰੋਂ ਮਤਲਬ ਇਹਨਾਂ ਚੋਂ ਕਿਹੜਾ ਮੇਰੇ ਤੋਂ ਇਲਾਵਾ ਹੈਂ ਇਹਨਾਂ ਚੋਂ ਤਾਂ ਕੋਈ ਨਹੀਂ ਲੱਗਦਾ ਕੋਈ ਵੀ ਨਹੀਂ ਨਹੀਂ ਇਹਨਾਂ ਚੋਂ ਹੈ ਨਹੀਂ ਨਹੀਂ ਕੋਈ ਫੁਕਰ ਬੰਦੇ ਦੀ ਤਾਂ ਲਾਜ ਰੱਖਣੀ ਚਾਹੀਦੀ ਆ ਤਾਂ ਕਰਕੇ ਹਾਂਜੀ ਹਾਂਜੀ ਕੋਈ ਵੀ ਨਹੀਂ ਨਾ ਕੋਈ ਨਹੀਂ ਹੈਗਾ ਫੁਕਰਾ ਬਾਈ ਹਾਂਜੀ ਵੀਰੇ ਠੀਕ ਹੋ ਮੈਨੂੰ ਨਾ ਮਤਲਬ ਊਂ ਤਾਂ ਮੈਂ ਚੱਲ ਕੀ ਹੁਣ ਦੱਸਣਾ ਪੈ ਗਿਆ ਕਿਉਂਕਿ ਮੈਂ ਤੁਹਾਡੇ ਪਿੰਡ ਆ ਮੈਨੂੰ ਖਿਆਲ ਆ ਕਿਵੇਂ ਤੇ ਵਾਰ ਵਾਰ ਜਵਾਕ ਜਿਹਾ ਨਾਂ ਲੈਂਦੇ ਕਹਿੰਦੇ ਫੁਕਰੇ ਬੰਦੇ ਬਾਈ ਨੂੰ ਪੁੱਛ ਲੋ ਉਹ ਫੁਕਰੇ ਦੂਰੋਂ ਦੇਖ ਪੈਂਦੇ ਆ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੂਰੋਂ ਮਤਲਬ ਤੁਸੀਂ ਉੱਚਾ ਦਿਸਣ ਲੈ ਕੇ ਤੁਸੀਂ ਹੈ ਠੀਕ ਆ ਠੀਕ ਆ ਜਾ ਭਰਾਵਾ ਕੰਮ ਘੁੰਮਣਾ ਮੈਂ ਤਾਂ ਵਿਹਲਾ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕਿਵੇਂ ਜ਼ਖਮੀ ਹੋਏ ਫਿਰਦੇ ਬਸ ਕਬੱਡੀ ਵਾਲੇ ਇੱਦਾਂ ਹੀ ਹੁੰਦੇ ਤੁਹਾਨੂੰ ਪਤਾ ਹੀ ਆ ਜੀ ਠੀਕ ਆ ਵੀਰੇ ਹਾਂ ਠੀਕ ਠਾਕ ਜੀ ਫੁਕਰਾ ਬੰਦਾ ਕਿਹੜਾ ਹੁੰਦਾ ਮੈਨੂੰ ਦੱਸੋ ਜਿਹੜਾ ਲੋਟ ਤੋਂ ਵੱਧ ਹਵਾ ਕਰੇ ਉਹ ਫੁਕਰਾ ਹੁੰਦਾ ਯਾਰ ਜੀ ਕੰਮ ਕਰਨਾ ਨਾ ਤੇ ਲੋਕਾਂ 'ਚ ਕਹੀ ਜਾਣਾ ਮੈਂ ਉਹ ਕੀਤਾ ਮੈਂ ਆਹ ਕੀਤਾ ਤੇ ਉਹ ਕੀਤਾ ਕਰਿਆ ਕੁਛ ਨਹੀਂ ਹੁੰਦਾ ਕੀਤਾ ਕਰਿਆ ਕੁਛ ਨਹੀਂ ਹੁੰਦਾ ਲੋਕਾਂ 'ਚ ਹਵਾ ਮਾਰੀ ਜਾਣੀ ਮੈਂ ਆਹ ਕਰ ਰਿਹਾ ਮੇਰਾ ਆਹ ਕੁਛ ਚੱਲ ਰਿਹਾ ਉਹ ਫੁਕਰਾ ਹੁੰਦਾ ਉਹ ਹੁੰਦਾ ਫੁਕਰਾ ਆਏ ਬੜੇ ਖੱਤ ਕਦੇ ਨਾ ਕੀ ਵੀਰ ਦਾ ਭਗਵੰਤ ਸਿੰਘ ਜੀ ਨਹੀਂ ਪੂਰਾ ਕੱਚਾ ਨਾਂ ਕੀ ਕਹਿੰਦੇ ਆ ਪੱਤੋ ਪੱਤੋ ਕਹਿੰਦੇ ਜੀ ਕੀ ਪੱਤੋ ਇਹਦਾ ਮਤਲਬ ਕੀ ਹੁੰਦਾ ਪੱਤੋ ਦਾ ਇਹ ਤੁਸੀਂ ਸਮਝੋ ਜੀ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਮੈਂ 40 ਸਾਲ ਦੀ ਉਮਰ ਹੋ ਗਈ ਮੈਨੂੰ ਨਹੀਂ ਪਤਾ ਲੱਗਾ ਜੀ ਪੱਤੋ ਕੀ ਹੁੰਦਾ ਹਾਂਜੀ ਕੀ ਹੁੰਦਾ ਜੀ ਹਾਏ ਪਿਆਸ ਬੜੀ ਲੱਗ ਗਈ ਹੈ ਗੇਟ ਖੜਕਾ ਕੇ ਦੇਖਾਂ ਹੈਲੋ ਕੋਈ ਹੈਗਾ ਘਰੇ ਭਾਈ ਸਾਹਿਬ ਲੈ ਫਿਰ ਇੱਥੋਂ ਹੀ ਟੱਪਣਾ ਪੈਣਾ ਮੈਨੂੰ ਤਾਂ ਇਹ ਹੈਰਾਨਗੀ ਵੀ ਇਹੋ ਜਿਹੇ ਗੇਟ ਲਾਉਣ ਦਾ ਫਾਇਦਾ ਕੀ ਹੈ ਪਾਣੀ ਦੀ ਪਿਆਸ ਤਾਂ ਲੱਗੀ ਸੀ ਮੈਨੂੰ ਲੱਗਦਾ ਬੀਬੀਆਂ ਕਿਤੇ ਮੇਲੇ 'ਚ ਜੁੜੀਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੇਲੇ ਮੁਲੇ ਚੱਲੀਆਂ ਹਾਂਜੀ ਘਰੇ ਮੇਲਾ ਲੱਗਾ ਹੋਇਆ ਇੱਕ ਗੱਲ ਪੁੱਛਣੀ ਭੈਣ ਜੀ ਕਿੰਨਾ ਅੱਜ ਕਿੰਨੀ ਦੇਰ ਲਾਈ ਹੈ ਤਿਆਰ ਹੋਣ ਦੇ ਅੱਜ ਅਸੀਂ ਬਹੁਤ ਢੇਰ ਲਾਈ ਆ ਕਿੰਨੀ ਸ਼ੂਟਿੰਗ ਦਾ ਕਰਕੇ ਅੱਜ ਸਾਨੂੰ ਵੇਖਣ ਲਈ ਹਾਂਜੀ ਹਾਏ ਮੈਂ ਇੰਨਾ ਹੀ ਸੋਹਣਾ ਤੁਸੀਂ ਦੱਸੋ ਜੀ ਕਿੰਨਾ ਟਾਈਮ ਹੈ ਤਿਆਰ ਹੋਣ ਤੇ ਲਾਇਆ ਲੱਗੇ 15-20 ਮਿੰਟ ਜ਼ਿਆਦਾ ਨਹੀਂ ਬੱਚੇ ਵੀ ਨਾਲ ਹੀ ਉੱਧਰ ਆਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ 15 ਮਿੰਟ 'ਚ ਬੀਬੀ ਇੱਕ ਤਿਆਰ ਹੋ ਗਈ ਹੋ ਹੀ ਨਹੀਂ ਸਕਦਾ ਬੱਚੇ ਵੀ ਕੀਤੇ ਅੱਧਾ ਘੰਟਾ ਲੱਗ ਗਿਆ 15-20 ਮਿੰਟ 15 ਮਿੰਟਾਂ ਤੋਂ ਅੱਧਾ ਘੰਟਾ ਤੁਹਾਡੇ ਗੁਆਂਢੀ ਕੌਣ ਨੇ ਸਾਡੇ ਗੁਆਂਢੀ ਹੈਗੇ ਇੱਥੇ ਬੈਠੇ ਨੇੜੇ ਤੇੜੇ ਕੌਣ ਬਾਈ ਇਹ ਬੈਠੇ ਕਿੰਨਾ ਟਾਈਮ ਲਾਇਆ ਇਹਨਾਂ ਨੇ ਸਹੀ ਦੱਸੋ ਪਾਰਲਰ ਵਾਲੇ ਛੇਤੀ ਤਿਆਰ ਹੋ ਜਾਂਦੇ ਆ ਤੇ ਤੁਸੀਂ ਆਹ ਘੰਟਾ ਕੁ ਲੱਗ ਹੀ ਜਾਂਦਾ ਤੇ ਅੱਜ ਕੱਲ੍ਹ ਬੀਬੀਆਂ ਇੰਨਾ ਟਾਈਮ ਕਿਉਂ ਲਾਉਂਦੀਆਂ ਅੱਜ ਕੱਲ੍ਹ ਫੈਸ਼ਨ ਹੀ ਚੱਲ ਪਿਆ ਬੇਟਾ ਫੈਸ਼ਨ ਚੱਲ ਪਿਆ ਫੈਸ਼ਨ ਚੱਲ ਪਿਆ ਹਾਂ ਲੈ ਕੁੜੀ ਇਹ ਤਵਾ ਆ ਗਿਆ ਤੇਰੇ ਤੇ ਕਾਹਤੋਂ ਇੰਨਾ ਟਾਈਮ ਮੈਂ ਥੋੜ੍ਹੀ ਲਾਇਆ ਟਾਈਮ ਮੈਂ ਦੇਖ ਲਓ ਸਿੰਪਲ ਤਿਆਰ ਹੋਈ ਹਾਂ ਹਾਂ ਲੈ ਇਹਨਾਂ ਦਾ ਕੀਤਾ ਨਾ ਅੱਛਾ ਇਹ ਦੱਸੋ ਕਿੰਨਾ ਟਾਈਮ ਲਾਉਂਦੀ ਹੈ ਲਾ ਦਿੰਦੇ ਆ ਘੰਟਾ ਕੁ ਘੰਟਾ ਘੰਟਾ ਮੈਨੂੰ ਲੱਗਦਾ ਵੀ ਤੁਸੀਂ ਨਾ ਪਿੰਡ ਕਰਕੇ ਨਾ ਲਿਹਾਜ਼ ਰੱਖੀ ਆ ਘੰਟਾ ਤਾਂ ਬਹੁਤ ਥੋੜ੍ਹਾ ਹੁੰਦਾ ਨਾਲੇ ਘੰਟੇ ਤਾਂ ਮੈਂ ਸਮਾਨ ਕੱਢ ਦੀਆਂ ਨੇ ਆਹ ਲਾ ਲਾਂਗੇ ਆਹ ਲਾ ਲਾਂਗੇ ਉਦੋਂ ਬਾਅਦ ਤਿਆਰ ਹੋਣ ਤੇ ਕਿੰਨਾ ਟਾਈਮ ਲੱਗਦਾ ਨਹੀਂ ਘੰਟਾ ਠੀਕ ਆ ਘੰਟਾ ਮਤਲਬ ਸਮਾਨ ਕੱਢਣ ਤਾਂ ਠੀਕ ਹੈ ਨਹੀਂ ਨਹੀਂ ਪੂਰਾ ਮੇਕਅਪ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਥਿਆਰ ਤਾਂ ਵੀ ਹੋਏ ਹਨ ਪੌਣਾ ਉਹ ਘੰਟਾ ਤੁਹਾਡੇ 'ਤੇ ਵੀ ਲੱਗਾ ਇਹ ਕੀ ਚੱਕਰ ਹੈ ਇਸ ਉਮਰ 'ਚ ਤਿਆਰ ਹੋਣ ਦੀ ਲੋੜ ਪੈ ਗਈ ਲੈ ਹੱਸੀ ਜਾਂਦੇ ਰਾਤ ਵੀ ਕੋਈ ਉਮਰ ਹੁੰਦੀ ਹੈ ਅੱਛਾ ਤਿਆਰ ਹੋਣ ਦੀ ਕੋਈ ਉਮਰ ਨਹੀਂ ਨਹੀਂ ਕੋਈ ਉਮਰ ਆਹ ਤਾਂ ਦੋ ਭੈਣਾਂ ਨਾ ਤੁਸੀਂ ਹਾਂਜੀ ਨਹੀਂ ਭੈਣਾਂ ਨਹੀਂ ਅਸੀਂ ਪਿਆਰ ਸਾਡਾ ਭੈਣਾਂ ਵਾਲਾ ਹੈ ਅੱਛਾ ਸਕੀਆਂ ਭੈਣਾਂ ਨਹੀਂ ਪਰ ਸ਼ਕਲ ਕਿਉਂ ਮਿਲਦੀ ਪਤਾ ਨਹੀਂ ਸਾਡੀ ਬੇਇੱਜ਼ਤੀ ਹੋਣ ਲੱਗੀ ਵੇਖਿਓ ਤੁਸੀਂ ਅੱਜ ਸਾਡੇ ਬੰਦੇ ਕਿੱਡੇ ਸੋਹਣੇ ਜ਼ਿਆਦਾਤਰ ਸਿਆਣੇ ਕਹਿ ਦਿੰਦੇ ਕਿ ਪੇਕਿਆਂ ਨੂੰ ਜਾਣਾ ਤਾਂ ਸਿੰਪਲ ਹੀ ਕੁੜੀ ਵਧੀਆ ਲੱਗਦੀ ਹੈ ਕਿ ਜਾਂਦੀ ਜਾਵੇ ਤੇ ਜਦੋਂ ਸਹੁਰਿਆਂ ਨੂੰ ਜਾਣਾ ਉਦੋਂ ਫਿਰ ਕੁੜੀ ਕਹਿੰਦੀ ਅੱਛਾ ਉਲਟਾ ਸਹੁਰਿਆਂ ਦੇ ਜਾਣਾ ਤੇ ਜ਼ਿਆਦਾ ਟਾਈਮ ਲੱਗਦਾ ਤੇ ਜਦੋਂ ਫਿਰ ਮਤਲਬ ਤੁਹਾਡਾ ਵਿਆਹ ਹੋਣਾ ਉਦੋਂ ਤਾਂ 6-7 ਘੰਟੇ ਲੱਗੇ ਹੋਣੇ ਸਵੇਰ ਦੇ 4 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਤਿਆਰੀ ਹੁੰਦੀ ਕੀ ਬਾਤ ਹੈ ਲਈ ਦੁਆਬੇ ਦੀ ਧਰਤੀ ਤੇ ਮਾਝੇ ਤੇ ਮਾਲਵੇ ਦਾ ਮੁਕਾਬਲਾ ਹੁਣ ਜਾ ਰਿਹਾ ਤੇ ਅਸੀਂ ਗਵਾਉਣ ਜਾ ਰਹੇ ਹਾਂ ਆਟਾ ਦੇਖਦੇ ਹਾਂ ਪਹਿਲਾਂ ਮਾਲਵਾ ਜਿੱਤਾ ਕੇ ਮਾਝਾ ਆ ਜਾਓ ਜੀ ਮਾਲਵਾ ਤੇ ਮਾਝਾ ਆ ਜਾਓ ਮਤਲਬ ਧਿਆਨ ਨਾ ਗੁਨੇ ਪਰਾਤ ਮਾੜੀ ਜੇ ਕਦੇ ਪਰਾਤ ਨੂੰ ਨਾ ਪਾ ਦੇ ਵੱਟ ਉੜੀਏ ਮੈਂ ਫੈਸਲਾ ਮਾਤਾਵਾਂ ਦੋ ਤਾਂ ਕਰਾਉਣਾ ਦੋ ਜੱਜ ਬੈਠੀਆਂ ਮਾਤਾ ਤੁਸੀਂ ਫੈਸਲਾ ਕਰਨਾ ਠੀਕ ਹੈ ਵੀ ਮਾਝਾ ਜਿੱਤਿਆ ਕਿ ਮਾਲਵਾ ਭੈਣ ਜੀ ਕਿਵੇਂ ਮਹਿਸੂਸ ਹੋ ਰਿਹਾ ਭਰਾਵਾ ਤੰਗ ਨਾ ਕਰ ਕੰਮ ਕਰ ਲੈਂਦੇ ਚਲੋ ਇਹਨਾਂ ਨੂੰ ਪੁੱਛਦੇ ਹਾਂ ਮਤਲਬ ਕਿ ਮਾਲਵਾ ਸੀ ਨਾ ਇੱਕ ਤਾਂ ਮੈਨੂੰ ਛਕਣਾ ਭੁੱਲ ਜਾਂਦਾ ਮਾਲਵੇ ਦੀ ਕਿਹੜੀ ਮਾਝੇ ਦੀ ਕਿਹੜੀ ਹੈ ਮਾਝਾ ਕਿਵੇਂ ਫੀਲ ਹੋ ਰਿਹਾ ਮਤਲਬ ਠੀਕ ਹੀ ਆ ਠੀਕ ਆ ਭਰਾ ਮੇਰਾ ਤਾਂ ਗੁੰਮਿਆ ਗਿਆ ਲਓ ਜੀ ਤੁਸੀਂ ਕੌਣ ਤਾਂ ਇੱਕ ਮਿੰਟ ਬੈਠੇ ਰਹੋ ਫੈਸਲਾ ਕਰਾਉਣਾ ਮੈਂ ਐਂ ਨਹੀਂ ਕਰਦਾ ਜੀ ਮਾਤਾ ਜੀ ਆਹ ਦੱਸੋ ਠੀਕ ਉੱਜਾ ਰੋਟੀ ਠੀਕ ਪੱਕੂ ਨਹੀਂ ਅਜੇ ਨਹੀਂ ਪੱਕੂ ਹੈ ਅਜੇ ਨਹੀਂ ਪੱਕੂ ਲਓ ਜੀ ਅਜੇ ਨਹੀਂ ਮਾਲਵਾ ਸਾਹਿਬ ਤੁਹਾਡੇ ਹੱਕ 'ਚ ਜੱਜ ਨਹੀਂ ਗਏ ਭਰਾਵਾ ਥੱਕ ਗਏ ਹਾਂ ਇਹਦਾ ਮਤਲਬ ਦੁਆਬਾ ਜਿਹੜਾ ਆਹ ਮਾਝਾ ਜਿਹੜਾ ਜਿੱਤੇਗਾ ਲਓ ਜੀ ਉਹ ਤਾਂ ਫੇਲ ਹੋ ਗਈ ਬੀਬੀ ਹੁਣ ਇਹ ਨਾ ਤੁਹਾਡਾ ਆਟਾ ਵੀ ਪਤਲਾ ਹੋ ਜਾਏ ਨਹੀਂ ਹੁੰਦਾ ਭੈਣ ਮਾਝ ਵਾਲੀ ਗਏ ਚੱਕ ਮੈਂ ਨਾਮ ਦੇਵਾਂ ਆ ਲਓ ਹਾਂ ਤੇ ਮੈਂ ਕਹਿੰਦਾ ਸਾਡੇ ਪ੍ਰਾਹੁਣੇ ਨੂੰ ਖਵਾਓ ਉਹ ਵੀ ਥੋੜਾ ਸਿਹਤਮੰਦ ਹੋਣਾ ਚੰਗਾ ਸਤਿ ਸ਼੍ਰੀ ਅਕਾਲ ਪੰਜਾਬ ਮੇਰਾ ਦੇਸੀ ਪੰਜਾਬ